इजी कुकिंग बाई परमजीत कौर फ्रॉम मोहाली भी थोड़ा स्वागत है। आज असी तुहानू लोबिया करी बना के दिखावांगे। लोबिया करी की रैसपी जी तुहानू अच्छी लगे पसंद आए तो इहनू लाइक एंड शेयर जरूर कर दिओ। जे हुण तक साडा चैनल सबसक्राइब नहीं किया तो वह भी प्लीज़ कर दिओ। तो हुण असी लोबिया करी बनाना शुरू करते हाँ। इहदे वास्ते जिहड़ी जिहड़ी चीज़ की जरूरत है एक एक करके तुहानू दिखाने हाँ। देखो जी लोबिया करी असी 8-10 घंटे पहले भिगोती सी। एक कोली असी भर के भिओई सी ते फुलके इन्नी हो गई है जी। तो इहदे वास्ते असी एक नॉर्मल जिहा साइज़ का प्याज लिया, 3 टमाटर, थोड़े जिहे हरे धनी के पत्ते, तो इहदे वास्ते जिहड़े मसाले यूज होने ने नमक, लाल मिर्च, हल्दी, काली मिर्च ते साबुत सुक्का धनिया ते देसी घिओ च असी इहनू बनावांगे। तो असी हुण बनाना इहनू शुरू करते हैं। देखो जी देसी घ्यो असी ऐड किया है, जिनी प्याज नू फ्राई करने वास्ते सानू जरूरत है, तो बाकी अपने टेस्ट मुताबिक थोड़ा बहुत घट वध किया जा सकता। जब तक घ्यो गर्म होएगा जब तक असी प्याज और टमाटर नू बरीक बरीक करांगे। देखो जी वड्डे वाले पासों असी इहनू प्याज नू कद्दूकस करांगे। देखो जी प्याज असी ਬਰੀਕ ਕਰ ਲਿਆ, ਕੱਦੂਕਸ ਕਰ ਲਿਆ ਸੀ, ਘਿਓ ਸਾਡਾ ਗਰਮ ਹੋ ਗਿਆ ਅਤੇ ਇਹ ਅਸੀਂ ਮਿਕਸ ਕਰਦੇ ਹਾਂ। ਅਤੇ ਇਸ ਤੋਂ ਬਾਅਦ ਅਸੀਂ ਦੂਸਰਾ ਚੀਜ਼ਾਂ ਜਿਹੜੀਆਂ ਬਰੀਕ ਕਰਨੀਆਂ ਨੇ, ਛੋਟੇ ਛੋਟੇ ਪੀਸ ਕੱਟਣੇ ਨੇ, ਉਹ ਕੱਟਦੇ ਹਾਂ। ਅਤੇ ਇਹਦੇ 'ਚ ਅਸੀਂ ਹੁਣ ਸੁੱਕਾ ਧਨੀਆ ਐਡ ਕਰਾਂਗੇ। ਇਹਨੂੰ ਪਿਆਜ਼ ਫਰਾਈ ਦੇ ਨਾਲ ਨਾਲ ਹੀ ਪਾ ਦੇਣਾ ਅਸੀਂ ਸੁੱਕਾ ਧਨੀਆ। ਹਾਂ, ਇੱਕ ਚਮਚ ਅਸੀਂ ਸੁੱਕਾ ਧਨੀਆ ਅਸੀਂ ਭਰ ਕੇ ਲਿਆ। ਅੰਦਾਜ਼ਨ ਦੇਖੋ ਇੰਨਾ ਕੁ ਹੈਗਾ, ਦੇਖੋ ਇੰਨਾ ਕੁ ਸੁੱਕਾ ਧਨੀਆ ਅਸੀਂ ਹੱਥ 'ਤੇ ਮਸਲ ਕੇ ਅਤੇ ਅਸੀਂ ਇਹਦੇ 'ਚ ਪਾ ਦੇਣਾ ਜੀ। ਨਾਲ ਨਾਲ ਸੁੱਕਾ ਧਨੀਆ ਫਰਾਈ ਹੋਏਗਾ, ਨਾਲ ਨਾਲ ਪਿਆਜ਼ ਫਰਾਈ ਹੋਣਗੇ, ਨਾਲ ਨਾਲ ਅਸੀਂ ਇਹਨੂੰ ਹਿਲਾਈ ਜਾਣਾ। ਅਤੇ ਉਹਦੇ ਨਾਲ ਨਾਲ ਹੀ ਅਸੀਂ ਹੁਣ ਟਮਾਟਰ ਛੋਟੇ ਛੋਟੇ ਕੱਟ ਲੈਣੇ। ਪਿਆਜ਼ ਦੇਖੋ ਸਾਡੇ ਬਰਾਊਨ ਹੋ ਗਏ ਨੇ, ਹੁਣ ਅਸੀਂ ਹਲਦੀ ਦੇ 2 ਚਮਚ ਅਸੀਂ ਹਲਦੀ ਦੇ 'ਚ ਪਾਉਣੇ ਨੇ। ਇਹਨੂੰ ਅੱਛੀ ਤਰ੍ਹਾਂ ਅਸੀਂ ਫਰਾਈ ਕਰਨਾ ਹਲਦੀ ਨੂੰ, ਤਾਂ ਕਿ ਹਲਦੀ ਦਾ ਕੱਚਾਪਨ ਦੂਰ ਹੋ ਜਾਏਗਾ। ਬੜੀ ਅੱਛੀ ਤਰ੍ਹਾਂ ਜਦੋਂ ਫਰਾਈ ਹੋ ਗਈ ਥੋੜ੍ਹਾ ਦੇਰ 'ਚ ਪਾਣੀ ਪਾਵਾਂਗੇ, ਦੋਨੋਂ ਚੀਜ਼ਾਂ ਮਿਕਸ ਹੋ ਜਾਣਗੀਆਂ। ਹਾਂ ਦੇਖੋ ਜੀ ਥੋੜ੍ਹਾ ਜਿਹਾ ਅਸੀਂ ਪਾਣੀ ਇਹ 'ਚ ਪਾਵਾਂਗੇ ਇਹਨੂੰ ਅੱਛੀ ਤਰ੍ਹਾਂ ਫਰਾਈ ਕਰਨ ਬਾਅਦ। ਦੇਖੋ ਅਸੀਂ ਘਿਓ ਬਿਲਕੁਲ ਘੱਟ ਹੀ ਯੂਜ਼ ਕੀਤਾ ਤਾਂ ਕਿ ਹੈਵੀ ਨਾ ਹੋ ਜਾਣ, ਜਿੰਨੀ ਕੁ ਜ਼ਰੂਰਤ ਹੈ ਉਨਾ ਕੁ ਕੀਤਾ ਬਸ। ਪਿਆਜ਼ ਦੀ ਜ਼ਰੂਰਤ ਹੈ, ਹਾਂ ਦੇਖੋ ਥੋੜ੍ਹਾ ਜਿਹਾ ਅਸੀਂ ਪਾਣੀ ਇਹ 'ਚ ਪਾ ਦੇਣਾ। ਹਾਂ ਦੇਖੋ ਜੀ ਦੋਨੋਂ ਚੀਜ਼ਾਂ ਬਹੁਤ ਅੱਛੀ ਤਰ੍ਹਾਂ ਮੈਚ ਹੋ ਗਈਆਂ। ਟਮਾਟਰ ਅਸੀਂ ਐਡ ਕਰ ਦਿੰਦੇ ਨੇ। ਟਮਾਟਰਾਂ ਨੂੰ ਅੱਛੀ ਤਰ੍ਹਾਂ ਮਿਕਸ ਕਰਨਾ ਜੀ, ਬਹੁਤ ਅੱਛੀ ਤਰ੍ਹਾਂ ਇਹਨੂੰ ਮਿਕਸ ਕਰ ਦੇਣਾ ਟਮਾਟਰਾਂ ਨੂੰ। ਟਮਾਟਰ ਅਸੀਂ ਥੋੜ੍ਹੇ ਜਿਹੇ ਮਿਕਸ ਕੀਤੇ ਨੇ, ਉਸ ਤੋਂ ਬਾਅਦ ਅਸੀਂ ਲੋਬੀਆ ਇਹਦੇ 'ਚ ਪਾਉਣ ਲੱਗੇ ਹਾਂ। ਅਸੀਂ ਉਹ ਲੋਬੀਆ ਫਰੈਸ਼ ਪਾਣੀ 'ਚ ਪਾ ਕੇ ਰੱਖਿਆ ਸੀ, ਇਹਦੇ 'ਚ ਕੱਢ ਕੇ ਅਸੀਂ ਇਹ 'ਚ ਪਾ ਦੇਣਾ। ਲੋਬੀਆ ਪਾਉਣ ਤੋਂ ਬਾਅਦ ਅਸੀਂ ਇਹਨੂੰ ਅੱਛੀ ਤਰ੍ਹਾਂ ਮਿਕਸ ਕਰ ਦੇਣਾ ਤਾਂ ਕਿ ਮਸਾਲਾ ਵੀ ਅਤੇ ਟਮਾਟਰ ਵੀ ਸਾਰੇ ਅੱਛੀ ਤਰ੍ਹਾਂ ਮਿਕਸ ਹੋ ਜਾਣ। ਦੇਖੋ ਇਸ ਤੋਂ ਬਾਅਦ ਜਿਹੜੇ ਦੂਸਰੇ ਚੀਜ਼ਾਂ ਐਡ ਹੋਣੀਆਂ ਨੇ, ਦੇਖੋ ਲਾਲ ਮਿਰਚ ਅਸੀਂ ਐਡ ਕਰਨ ਲੱਗੇ ਹਾਂ। ਇਹ ਲਾਲ ਮਿਰਚ ਐਜ਼ ਪਰ ਰਿਕੁਆਇਰਮੈਂਟ ਜਿਵੇਂ ਕਿਸੇ ਦਾ ਟੇਸਟ ਹੈ ਘੱਟ ਵੱਧ ਪਾ ਸਕਦਾ, ਅਤੇ ਅਸੀਂ ਇਹਦਾ 1 ਚਮਚ ਅਸੀਂ ਇਹਦਾ ਪਾ ਰਹੇ ਹਾਂ, ਅਤੇ ਆਪਣੇ ਟੇਸਟ ਦੇ ਮੁਤਾਬਕ ਘੱਟ ਵੱਧ ਹੋ ਸਕਦਾ। ਇਸ ਤਰ੍ਹਾਂ ਅਸੀਂ ਨਮਕ 1 ਚਮਚ ਭਰ ਕੇ ਪਾ ਦਿੱਤਾ, ਅੱਧਾ ਕੁ ਅਸੀਂ ਹੋਰ ਪਾ ਦਿੱਤਾ, ਪਰ ਬਾਕੀ ਆਪਣੇ ਟੇਸਟ ਦੇ ਮੁਤਾਬਕ ਕਿਵੇਂ ਜਿਹੜਾ ਵੀ ਮਤਲਬ ਘੱਟ ਵੱਧ ਪੈ ਸਕਦਾ। ਅੱਛੀ ਤਰ੍ਹਾਂ ਮਿਕਸ ਕਰਤਾ, ਮਿਕਸ ਕਰਨ ਤੋਂ ਬਾਅਦ ਅਸੀਂ ਇਹਨੂੰ ਫਰਾਈ ਕਰਾਂਗੇ। ਜਦੋਂ ਇਹਦੇ 'ਚੋਂ ਘੀ ਨਿਕਲਣਾ ਸ਼ੁਰੂ ਹੋਏਗਾ ਉਸ ਤੋਂ ਬਾਅਦ ਅਸੀਂ ਪਾਣੀ ਐਡ ਕਰਾਂਗੇ, ਜਦ ਤੱਕ ਟਮਾਟਰ ਗਲ ਜਾਣਗੇ, ਟਮਾਟਰ ਵੀ ਗਲ ਜਾਣਗੇ, ਮਸਾਲਾ ਵੀ ਮਿਕਸ ਹੋ ਜਾਏਗਾ। ਮਤਲਬ ਕਿ ਰੋਂਗੀ ਬਹੁਤ ਜਿਹੜੀ ਲੋਬੀਆ ਬਹੁਤ ਅੱਛੀ ਤਰ੍ਹਾਂ ਹੋ ਗਿਆ, ਫਰਾਈ ਹੋ ਗਿਆ ਬਿਲਕੁਲ, ਇਹਦਾ ਜਿਹੜਾ ਪਾਣੀ ਮਾੜਾ ਮੋਟਾ ਸੀ ਸੁੱਕ ਗਿਆ ਅਤੇ ਘੀ ਨਿਕਲਣਾ ਸ਼ੁਰੂ ਹੋ ਗਿਆ। ਅੱਜ ਹੁਣ ਅਸੀਂ ਲੋਬੀਆ 'ਚ ਪਾਣੀ ਐਡ ਕਰਾਂਗੇ, ਜਿੰਨੇ ਕੁ ਸਾਡੀ ਰਿਕੁਆਇਰਮੈਂਟ ਉਹਦੇ ਹਿਸਾਬ ਨਾਲ, ਮਤਲਬ ਨਾ ਜ਼ਿਆਦਾ ਜ਼ਿਆਦਾ ਹੋਵੇ ਨਾ ਘੱਟ ਹੋਵੇ, ਇਹਦੇ ਕਰੀ ਵਾਸਤੇ ਜਿੰਨਾ ਕੁ ਜ਼ਰੂਰਤ ਹੈ। ਇਹ ਅੰਦਾਜ਼ੇ ਨਾਲ ਬਸ ਜਿਹੜਾ ਲੋਬੀਆ ਉਹਦੇ 'ਚ ਅੰਦਰ ਡੁੱਬ ਗਿਆ ਪਾਣੀ 'ਚ, ਜ਼ਿਆਦਾ ਵੀ ਨਹੀਂ ਪਾਉਣਾ ਕਿਉਂਕਿ ਇਹਦੀ ਸਿਰਫ ਅਸੀਂ 2 ਕੰਪਲੀਟ ਵਿਸਲਾਂ ਦਵਾਉਣੀਆਂ ਨੇ, ਅਤੇ ਪਾਣੀ ਜ਼ਿਆਦਾ ਸੁੱਕਣ ਸੁੱਕਦਾ ਨਹੀਂ ਹੈ, ਉਨਾ ਕੁ ਪਾਉਣਾ ਜਿੰਨੀ ਕੁ ਅਸੀਂ ਇਹਦੀ ਕਰੀ ਰੱਖਣੀ ਹੈ।
देखो जी असीं बंद करता कुकर ते इहनूं फुल सेक कर देना गैस का ते इहदीआं जदों विसल्स दो हो जाण कंप्लीट उदों इहनूं बंद कर देना ते जदों इहदा स्टीम निकल जाएगी उस तों बाद खोल के इहनूं देखांगे की पोजिशन है। देखो स्टीम निकल गई ते असीं कुकर खोल के देखदे आं वी की पोजिशन है। पानी से कंप्लीट दो विसल्स दवाइया से पानी ये थोड़ा जा घट गया ते जी लोभी है वो पूरी गल चुकी है ते असी थोड़ी इन करी बनाने वास्ते तरी दी बनाने वास्ते थोड़ा जि पानी इसे ऐड करांगे। जे कभी पानी ज़्यादा हो जाए तो उन्होंने सुखा सकते हैं जे घट जाए तो थोड़ा जा ऐड कर सकते हैं। असी हुण एक दो उबाले दवावांगे ताकि आपस च मिक्स हो जाएंगे कच्चा ना रहे पानी क्योंकि पानी कच्चा कच्चा नहीं रहना चाहिए ये दोनों जने मिक्स हो जाएंगे चीज़ें। हाँ देखो दो मिनट असी इन बॉयल करके फिर असी इन सिम ते करता सी गैस नू ते इहदे ते घिओ आ गया ते साडी जिहड़ी लोबिया करी बिल्कुल तैयार है। गैस असी बंद करती ते असी इहदे थोड़े जिहे धनिया दे पत्ते ऐड करांगे। पत्ते ऐड करन तों बाद इहनू मिक्स करांगे। इह देखो धनिया दे पत्ते असी ऐड करते ते इहनू मिक्स करांगे ते उस तों बाद असी इक चम्मच असी काली मिर्च इहदे च मिक्स करांगे ते इहनू उस तों बाद असी फिर किसी होर बर्तन च इहनू शिफ्ट करके फिर तुहानू दिखावांगे। इह रेडी है। हाँ देखो बिल्कुल रेडी है जी। हाँ देखो जी असी हुण किसी होर इहनू नैक्सट बर्तन च कढ के फिर असी इहनू देखो कंप्लीट करके फिर इहनू दिखाने आ। इह देखो जी लोबिया करी बन के साडी बिल्कुल तैयार है। उम्मीद करते हैं तुहानू पसंद आएगी। एक बार बना के देखो। थैंक यू वेरी मच।